ਮੈਂ ਤੁਹਾਨੂੰ ਦੱਸਣ ਲੱਗੀ ਹਾਂ ਵਿੱਚ ਪੈਰਾਗ੍ਰਾਫ ਮੈਂਸ਼ਨ ਦਾ ਫੋਲੋਇੰਗ ਜਾਂ ਫਿਰ ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਇਹ ਕਿੱਦਾਂ ਕਰੀਦੇ ਹੈ। 100% ਵਿੱਚੋਂ ਆਪਾਂ 99% ਕਹਿ ਸਕਦੇ ਹਾਂ ਕਿ ਇਹ ਪਾਰਟ ਪੇਪਰ ਦੇ ਵਿੱਚ ਆਉਂਦਾ ਹੀ ਆਉਂਦਾ ਹੈ। 6-7 ਕੁਸ਼ਚਨ ਤਾਂ ਆਉਣੇ ਹੀ ਆਉਣੇ ਆ, ਸੋ ਇਸ ਵੀਡੀਓ ਨੂੰ ਵਾਚ ਕਰਨਾ ਟਿਲ ਐਂਡ। ਇਸ ਪਾਰਟ ਨੂੰ ਤੁਸੀਂ ਫਿਊ ਮਿੰਟਸ ਦੇ ਵਿੱਚ ਕਿੱਦਾਂ ਸੋਲਵ ਕਰ ਸਕਦੇ ਹੋ, ਸਾਰੀਆਂ ਟਿਪਸ ਐਂਡ ਟ੍ਰਿਕਸ ਇਸ ਵੀਡੀਓ ਦੇ ਵਿੱਚ ਦੱਸੀਆਂ ਜਾਣਗੀਆਂ। ਠੀਕ ਹੈ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਤੇ ਚੈਨਲ ਆਈਲੈਟਸ ਵਿਦ ਸੋਫੀਆ। ਆਈਲੈਟਸ ਦੇ ਰਿਲੇਟਡ ਅਪਡੇਟਸ ਲੈਣ ਦੇ ਲਈ, ਜਿਹੜੇ ਰੀਸੈਂਟ ਐਗਜ਼ਾਮਸ ਹੋ ਰਹੇ ਆ ਉਹਨਾਂ ਦੇ ਲੇਟੈਸਟ ਸੈਂਪਲ ਆਨਸਰ ਲੈਣ ਦੇ ਲਈ, ਰਾਈਟਿੰਗ ਦੇ, ਰੀਡਿੰਗ ਦੇ ਟਾਸਕ ਪਾਉਣ ਦੇ, ਦੈਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਈਲੈਟਸ ਵਿਦ ਸੋਫੀਆ। ਸਭ ਤੋਂ ਪਹਿਲਾਂ ਤੁਸੀਂ ਅੰਡਰਲਾਈਨ ਕਰ ਲਓ ਕੀਵਰਡਸ ਨੂੰ। ਠੀਕ ਹੈ, ਕਿਵੇਂ? ਮਤਲਬ ਨੀਡ, ਇੰਡੀਵਿਜੁਅਲਸ, ਅੰਡਰਸਟੈਂਡ, ਰੀਅਲੀ ਮੈਟਰ, ਦੈਮ, ਟੈਂਸ਼ਨ, ਰਿਜ਼ਲਟ, ਵਾਈਡ ਵਰਾਇਟੀ ਆਫ ਐਲਟਰਨੇਟਿਵਸ, ਹੋਪ, ਸਕਸੈਸ, ਮੀਨਸ, ਓਵਰਕਮਿੰਗ ਅਨਹੈਪੀ ਫੀਲਿੰਗਸ, ਪੀਪਲ, ਕਾਲ ਦੈਮਸੈਲਵਸ ਸਪੈਸ਼ਲਿਸਟ, ਹਿਊਮਨ ਬੀਂਗਸ, ਕਪੈਸਿਟੀ, ਕੋਪਿੰਗ, ਚੇਂਜ, ਡੂਇੰਗ ਥਿੰਗਸ ਆਰ ਇੰਟਰਸਟਿੰਗ ਦੈਮਸੈਲਵਸ। ਪਹਿਲਾਂ ਸਾਰੇ ਕੀਵਰਡਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ ਵੈ ਚੰਗੀ ਤਰ੍ਹਾਂ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵੈ, ਆਪਣੇ ਕੋਲ ਇਹ ਪੈਰਾਗ੍ਰਾਫ ਹੈ, ਇਹਦੀਆਂ ਫਸਟ 3 ਲਾਈਨਸ, ਲਾਸਟ 3 ਲਾਈਨਸ। ਬੀ ਪੈਰਾਗ੍ਰਾਫ ਹੈ, ਫਸਟ 3 ਲਾਈਨਸ, ਲਾਸਟ 3 ਲਾਈਨਸ। ਸੀ ਪੈਰਾਗ੍ਰਾਫ ਫਸਟ 3, ਲਾਸਟ 3। ਡੀ ਪੈਰਾਗ੍ਰਾਫ ਫਸਟ 3, ਲਾਸਟ 3। ਈ ਪੈਰਾਗ੍ਰਾਫ ਫਸਟ 3। ਇੰਨਾ ਤੁਸੀਂ ਹਰੇਕ ਪੈਰਾਗ੍ਰਾਫ ਨੂੰ ਅੰਡਰਲਾਈਨ ਕਰ ਲੈਣਾ ਮੇਨ ਮੇਨ। ਜਦੋਂ ਤੁਸੀਂ ਫਸਟ 3 ਲਾਈਨਸ, ਲਾਸਟ 3 ਲਾਈਨਸ ਨੂੰ ਅੰਡਰਲਾਈਨ ਕਰ ਲਿਆ, ਦੈਨ ਉਹਨਾਂ ਲਾਈਨਸ ਦੇ ਵਿੱਚ ਹੀ ਦੇਖਣੇ ਆ ਤੁਹਾਡੇ ਕੀਵਰਡ ਮੈਚ ਹੁੰਦੇ ਹੋਣਗੇ ਜਿਹੜੇ ਤੁਸੀਂ ਇੱਥੇ ਪਿੱਛੇ ਅੰਡਰਲਾਈਨ ਕੀਤੇ ਆ। ਫੋਰ ਐਗਜ਼ਾਮਪਲ, ਫਸਟ ਦੇਖੋ, ਦ ਨੀਡ ਫੋਰ ਇੰਡੀਵਿਜੁਅਲਸ, ਫਸਟ 'ਚ ਮਿਲ ਗਿਆ। ਇਹ ਗੱਲ ਵੱਖਰੀ ਹੈ ਕਿ ਏ ਤੋਂ ਲੈ ਕੇ ਐਫ ਲਾਸਟ ਪੈਰਾਗ੍ਰਾਫ 'ਚ ਮਿਲਿਆ। ਰੀਡਿੰਗ ਕਹਿੰਦੇ ਹੀ ਇਹਨੂੰ ਹੈ ਕਿ ਉਹਦਾ ਆਂਸਰ ਕਿਤੇ, ਉਹਦਾ ਆਂਸਰ ਕਿਤੇ, ਬਟ ਹੁੰਦਾ ਸਟਾਰਟਿੰਗ ਜਾਂ ਐਂਡਿੰਗ 'ਚ ਹੀ ਹੈ ਮੋਸਟਲੀ। ਇੰਡੀਵਿਜੁਅਲ ਆ ਗਿਆ, ਹੂ ਇਜ਼ ਨੋਟ ਲਿਵਿੰਗ ਅਕੋਰਡਿੰਗ ਟੂ ਦੇਅਰ ਵੈਲਿਊਜ਼, ਜਿਹੜੇ ਆਪਣੇ ਵੈਲਿਊਜ਼ ਦੇ ਅਕੋਰਡਿੰਗ ਨਹੀਂ ਰਹਿ ਰਹੇ, ਖੁਸ਼ ਨਹੀਂ ਰਹਿਣਗੇ। ਇਹਦਾ ਮੈਟਰ, ਕੋਈ ਮੈਟਰ ਨਹੀਂ ਕਰਦਾ ਕਿ ਕਿੰਨੀ ਉਹਨਾਂ ਦੇ ਕੋਲ ਅਚੀਵਮੈਂਟ ਹੈ। ਕੁਝ ਲੋਕ ਹਾਊ ਐਵਰ ਇਸ ਦੇ ਉਲਟ ਸ਼ੋਰ ਵੀ ਨਹੀਂ ਹੈਗੇ ਕਿ ਉਹਨਾਂ ਦੇ ਕੋਲ ਕਿਹੜੀਆਂ ਵੈਲਿਊਜ਼ ਹੈ। ਇੰਡੀਵਿਜੁਅਲਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸਲ ਦੇ ਵਿੱਚ ਉਹਨਾਂ ਦੇ ਲਈ ਮੈਟਰ ਕਰਦਾ ਕੀ ਹੈ। ਵੁੱਡ ਯੂ ਚੂਜ਼ ਟੂ ਡੂ ਵਿਦ ਯੋਰ ਲਾਈਫ, ਤੁਹਾਨੂੰ ਆਪਣੀ ਲਾਈਫ ਦੇ ਲਈ ਚੂਜ਼ ਕਰਨਾ ਪੈਣਾ ਮੈਂ। ਰੀਅਲੀ ਮੈਟਰਸ, ਰੀਅਲੀ ਤੁਹਾਡੇ ਲਈ ਮੈਟਰ ਕੀ ਕਰਦਾ ਵੈ। ਤੁਸੀਂ ਸਟਾਰਟ ਕਰ ਸਕਦੇ ਹੋ ਟੇਕਿੰਗ ਸਟੈਪਸ ਆਪਣੇ ਆਈਡੀਅਲ ਵਿਜ਼ਨ ਦੇ ਲਈ। ਰੀਅਲੀ ਮੈਟਰ ਤੁਹਾਡੇ ਲਈ ਕੀ ਕਰਦਾ ਵੈ, ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਖੁਸ਼ ਹੀ ਰਹੋ। ਲਾਸਟ 'ਤੇ ਲਿਖਿਆ ਹੋਇਆ ਵੈ ਨਾ ਇੱਥੇ ਮੈਟਰ ਵੀ। ਸਮਝ ਲੱਗ ਗਈ, ਧਿਆਨ ਨਾਲ ਸੈਕਿੰਡ ਦੇਖੋ ਫਿਰ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ। ਟੈਂਸ਼ਨ, ਰਿਜ਼ਲਟ, ਵਾਈਡ ਵਰਾਇਟੀ, ਵਾਈਡ ਵਰਾਇਟੀ ਮਤਲਬ
बहुत ज़्यादा। एल्टरनेटिव मतलब एक नहीं तो हो, दूसरा नहीं तो तीसरा, तीसरा नहीं तो चौथा, इदा एल्टरनेटिव। मैं तुहानू की कहा सी फर्स्ट थ्री लाइन लास्ट थ्री लाइन, ठीक है। टेंशन नू की लिखा इत्थे स्ट्रेस, ਉਹ ਕਹਿੰਦੇ ਵਾਈਡ ਵਰਾਇਟੀ ਆਫ, ਵਾਈਡ ਵਰਾਇਟੀ ਅਨਲਿਮਿਟਡ, ਸਮਝ ਲੱਗ ਗਈ। ਵਾਈਡ ਵਰਾਇਟੀ ਨੂੰ ਕੀ ਲਿਖਿਆ ਅਨਲਿਮਿਟਡ, ਉੱਥੇ ਕੀ ਲਿਖਿਆ ਸੀ ਅਲਟਰਨੇਟਿਵ, ਮਤਲਬ ਕਿ ਵਾਈਡ ਵਰਾਇਟੀ ਸਾਡੇ ਕੋਲ ਬਹੁਤ ਜ਼ਿਆਦਾ ਅਲਟਰਨੇਟਿਵ ਹੈ, ਇੱਕ ਨਹੀਂ ਤਾਂ ਦੂਸਰਾ, ਦੂਸਰਾ ਨਹੀਂ ਤਾਂ ਤੀਸਰਾ। ਕਿਵੇਂ ਅਸੀਂ ਲਗਾਤਾਰ ਡਿਸੀਜ਼ਨ ਆਪਣੇ ਬਣਾਉਂਦੇ ਰਹਿੰਦੇ ਹਾਂ। ਆਪਾਂ ਜਿਵੇਂ ਕਹਿੰਦੇ ਹਾਂ ਕਿ ਆਪਾਂ ਸਵੇਰੇ ਸ਼ੋਪਿੰਗ ਕਰਨ ਚੱਲਾਂਗੇ, ਸ਼ਾਮੀ ਆਪਾਂ ਇੱਥੇ ਚੱਲਾਂਗੇ, ਕੱਲ੍ਹ ਆਪਾਂ ਇਹ ਕਰਾਂਗੇ, ਕੱਲ੍ਹ ਆਪਾਂ ਉਹ ਕਰਾਂਗੇ, ਅੱਜ ਆਪਾਂ ਇਹ ਬਣਾਵਾਂਗੇ, ਕੱਲ੍ਹ ਆਪਾਂ ਉਹ ਬਣਾਵਾਂਗੇ। ਆਪਾਂ ਲਗਾਤਾਰ ਡਿਸੀਜ਼ਨ ਕਰਦੇ ਰਹਿੰਦੇ ਹਾਂ। ਟੂ ਵੀ ਸ਼ੁੱਡ ਮੈਰੀ, ਸਾਨੂੰ ਕਿਸ ਦੇ ਨਾਲ ਮੈਰੀ ਕਰ, ਮਤਲਬ ਮੈਰਿਜ਼ ਕਰਨੀ ਚਾਹੀਦੀ ਹੈ। ਨੋਟ ਟੂ ਮੈਨਸ਼ਨ ਆਲ ਦੀਜ਼ ਫਲੇਵਰਸ ਆਫ ਆਈਸ ਕ੍ਰੀਮ, ਆਈਸ ਕ੍ਰੀਮ ਦੇ ਸਾਰੇ ਫਲੇਵਰਸ ਮੈਨਸ਼ਨ ਕਰਨਾ ਜ਼ਰੂਰੀ ਨਹੀਂ ਹੈਗਾ। ਵੀ ਬੇਸ ਮੈਨੀ ਆਫ ਅਵਰ ਡਿਸੀਜ਼ਨਸ, ਇਹ ਤਾਂ ਸਾਡੇ ਡਿਸੀਜ਼ਨ 'ਤੇ ਡਿਪੈਂਡ ਕਰਦਾ ਵਾ ਵੈਦਰ ਵੀ ਥਿੰਕ ਅਸ ਮੋਰ ਚੋਇਸਿਸ, ਮੋਰ ਅਨਲਿਮਿਟਡ, ਵਾਈਡ ਵਰਾਇਟੀ ਆ ਗਿਆ, ਚੋਇਸਿਸ, ਇੱਕ ਨਹੀਂ ਤਾਂ ਉਹ ਨਹੀਂ ਤਾਂ ਇਹ ਨਹੀਂ ਤਾਂ ਉਹ, ਅਲਟਰਨੇਟਿਵਸ, ਸਮਝ ਲੱਗ ਗਈ। ਧਿਆਨ ਨਾਲ ਦੇਖਿਓ, ਫਸਟ ਥ੍ਰੀ ਲਾਈਨ 'ਚ ਲਾਸਟ ਥ੍ਰੀ ਲਾਈਨ, ਕਿਹੜਾ ਪੈਰਾਗ੍ਰਾਫ ਹੈ ਤੁਹਾਡੇ ਕੋਲ? ਡੀ। ਹੁਣ ਆਪਾਂ ਕਰਨ ਲੱਗੇ ਹਾਂ ਥਰਡ। ਹੁਣ ਸਮਝ ਲੱਗਦੇ ਪਏ ਕਿ ਇਹ ਵਾਲਾ ਪਾਠ ਕਿੱਦਾਂ ਕਰਨਾ ਵੈ। ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ, ਬਹੁਤ ਸੌਖਾ ਹੁੰਦਾ ਵੈ, ਸਿੰਪਲ ਲਿਸਟ ਆਫ ਹੈਡਿੰਗ ਦੀ ਤਰ੍ਹਾਂ, ਸਿੱਧੀਆਂ ਲਿਸਟ ਆਫ ਹੈਡਿੰਗ, ਕਿ ਹੈਡਿੰਗਸ ਤੁਹਾਨੂੰ ਦਿੱਤੇ ਹੋਏ ਹੈ, ਬਸ ਜਸਟ ਪੈਰਾਗ੍ਰਾਫ 'ਚ ਦੇਖਣੇ ਹੈ ਕਿ ਕਿਹੜੇ ਪੈਰਾਗ੍ਰਾਫ, ਉਹ ਵੀ ਫਸਟ ਥ੍ਰੀ ਜਾਂ ਲਾਸਟ ਥ੍ਰੀ। ਬਸ ਹੋਪ ਆਫ ਸਕਸੈਸ ਮੀਨਸ ਆਫ ਓਵਰਕਮਿੰਗ ਅਨਹੈਪੀ ਫੀਲਿੰਗਸ, ਅਨਹੈਪੀ ਮਤਲਬ ਨਾ ਖੁਸ਼, ਨਾ ਖੁਸ਼ ਵਾਲੀ ਫੀਲਿੰਗਸ ਦੇ ਵਿੱਚੋਂ ਬਾਹਰ ਨਿਕਲਾਂ ਅਤੇ ਸਕਸੈਸ ਦੀ ਉਮੀਦ ਕਰਨਾ, ਹੋਪ। ਧਿਆਨ ਨਾਲ ਦੇਖਿਓ, ਸੀ ਪੈਰਾਗ੍ਰਾਫ, ਹੈਪੀਨੈਸ ਇੱਕ ਰਿਵਾਰਡ ਨਹੀਂ ਹੈ ਦਰਦ ਤੋਂ ਭੱਜਣ ਦਾ, ਕਿ ਚਲੋ ਤੁਹਾਨੂੰ ਖੁਸ਼ੀ ਮਿਲ ਗਈ ਤੁਸੀਂ ਦਰਦ ਤੋਂ ਭੱਜ ਪਏ, ਨਹੀਂ। ਹੈਪੀਨੈਸ ਡੇਂਜਰਸ ਕਿਉਂਕਿ ਪੀਪਲ ਸਟਰਗਲ ਕਰਦੇ ਆ ਅਗੇਂਸਟ ਰਿਐਲਿਟੀ, ਦੇ ਡੋਂਟ ਐਕਨੋਲੇਜ ਦ ਰੀਅਲ ਲਾਈਫ ਇਜ਼ ਫੁੱਲ ਆਫ ਡਿਸਅਪੋਇੰਟਮੈਂਟ, ਲੋਸ, ਇਨਕਨਵੀਨੀਅੰਸ। ਇਫ ਯੂ ਆਰ ਗੋਇੰਗ ਟੂ ਲਿਵ ਰਿਚ ਐਂਡ ਮੀਨਿੰਗਫੁੱਲ ਲਾਈਫ, ਯੂ ਆਰ ਗੋਇੰਗ ਟੂ ਫੀਲ ਅ ਰੇਂਜ ਆਫ ਇਮੋਸ਼ਨਸ। ਜਿੰਨੀ ਤੁਹਾਡੀ ਲਾਈਫ ਰਿਚ ਹੋਏਗੀ, ਓਨੀ ਹੀ ਤੁਹਾਡੀ ਲਾਈਫ ਦੇ ਵਿੱਚ ਕੀ ਹੋਣਗੇ, ਇਮੋਸ਼ਨਸ। ਐਕਸ਼ਨ ਟੂਵਰਡਸ ਗੋਲ ਅਦਰ ਦੈਨ ਹੈਪੀਨੈਸ ਮੇਕਸ ਪੀਪਲ ਹੈਪੀ, ਹੈਪੀਨੈਸ ਦੀ ਗੱਲ ਹੋ ਗਈ। ਲਾਸਟ ਤੇ ਉੱਥੇ ਲਿਖਿਆ ਸੀ ਨਾ ਹੋਪ ਆਫ ਸਕਸੈਸ, ਹੋਪ ਆਫ ਸਕਸੈਸ ਮੀਨਸ ਆਫ ਓਵਰਕਮਿੰਗ ਅਨਹੈਪੀ ਫੀਲਿੰਗਸ, ਅਨਹੈਪੀ ਫੀਲਿੰਗਸ ਟੂ ਓਵਰਕਮ। ਲਾਸਟ ਲਾਈਨ ਦੇਖੋ, ਦ ਪੁਆਇੰਟ ਆਫ ਐਕਸਪੈਕਟਿੰਗ ਅ ਗੋਲ ਟੂ ਬੀ ਰਿਅਲਾਈਜ਼ਡ ਨੋਟ ਓਨਲੀ ਐਕਟੀਵੇਟ, ਇਹ ਸਿਰਫ ਐਕਟੀਵੇਟ ਪੋਜ਼ਿਟਿਵ ਫੀਲਿੰਗਸ ਨੂੰ ਨਹੀਂ ਕਰਦਾ, ਬਲਕਿ ਸਪਰੈਸ ਨੈਗੇਟਿਵ ਇਮੋਸ਼ਨਸ ਸੱਚ ਐਜ਼ ਫੀਅਰ ਐਂਡ ਡਿਪਰੈਸ਼ਨ, ਮੇਕ ਪੀਪਲ ਹੈਪੀ, ਪੋਜ਼ਿਟਿਵ ਫੀਲਿੰਗ, ਹੈਪੀਨੈਸ, ਅਤੇ ਤੁਹਾਨੂੰ ਨੈਗੇਟਿਵ ਇਮੋਸ਼ਨ ਸੱਚ ਐਜ਼ ਫੀਅਰ ਐਂਡ ਡਿਪਰੈਸ਼ਨ। ਜਸਟ ਹੈਪੀਨੈਸ ਦੀ ਗੱਲ ਕਿਹੜੇ ਪੈਰਾਗ੍ਰਾਫ 'ਚ ਹੋਈ ਹੈ ਇਹ ਦੇਖੋ, ਡਿਸਪੋਇੰਟਮੈਂਟ ਦੀ ਗੱਲ ਕਿੱਥੇ ਹੋਈ ਹੈ, ਅਨਹੈਪੀਨੈਸ ਦੀ ਗੱਲ ਕਿੱਥੇ ਹੋਈ, ਅਨਹੈਪੀਨੈਸ ਮਤਲਬ ਡਿਸਅਪੋਇੰਟਮੈਂਟ, ਸੀ ਪੈਰਾਗ੍ਰਾਫ ਹੈ।
हैप्पीनेस वाला। समझ लगी? बहुत सौखे होंगे वाले क्वेश्चन, मतलब कि अगर तुम इन्होंने क्वेश्चन समझ लवो ना तो ते जिने क्वेश्चन आने उत्ते थानू एग्जाम सारे सही जाने हैं। नेक्स्ट देख लो, वो लोग जेडे अपने आप नू स्पेशलिस्ट कहलाउंदे आ केड़े वो लोग, ध्यान नाल देखो इत्थे ए पैराग्राफ थर्ड लाइन, वी न्यू असी जानते हाँ एज मच अबाउट मैंटल वैलनैस, असी मैंटल वैलनैस के बारे पूरी तरह जानते सी न्यू। फिर अगे उन्होंने क्या वै साइकोलॉजिस्ट, फिर उन्होंने क्या अगे एट द सेम टाइम डिवेलपमेंट इन न्यूरोसाइंस प्रोवाइडेड, न्यूरोसाइंस की प्रोवाइड करती है न्यू क्ल्यूज टू सानू कौन खुश करता वै, लुक लाइक ब्रेन साड़ा ब्रेन किस तरह का होंदा वै, सैल्फ अपॉइंटड एक्सपर्ट्स, ਉਹ ਐਕਸਪਰਟਸ ਜਿਹੜੇ ਆਪਣੇ ਆਪ ਨੂੰ ਖੁਦ ਨੂੰ ਅਪੁਆਇੰਟ ਕਰ ਰਹੇ ਹੈ ਕਿ ਵੀ ਆਰ ਸਕਸੀਡ, ਜਿਹੜੇ ਖੁਦ ਨੂੰ ਸਪੈਸ਼ਲਿਸਟ ਕਹਿ ਰਹੇ ਆ, ਖੁਦ ਨੂੰ ਸਾਈਕੋਲੋਜਿਸਟ ਕਹਿ ਰਹੇ ਆ। ਸਮਝ ਲੱਗੀ? ਖੁਦ ਨੂੰ ਐਕਸਪਰਟਸ ਕਹਿ ਰਹੇ ਆ। ਤੁਹਾਨੂੰ ਇੱਦਾਂ ਲੱਗਦਾ ਹੋਏਗਾ ਕਿ ਇਹਦਾ ਆਂਸਰ ਯਾਰ ਲੱਗਦਾ ਨਹੀਂ, ਇੱਦਾਂ ਪੇਪਰ ਦੇ ਵਿੱਚ ਤੁਹਾਨੂੰ ਇੱਦਾਂ ਹੀ ਲੱਗੇਗਾ, ਪੇਪਰ ਵਾਲੀ ਹੀ ਇਹ ਰੀਡਿੰਗ ਹੈ, ਐਗਜ਼ਾਮ ਦੇ ਵਿੱਚ ਰੀਡਿੰਗ ਇੱਦਾਂ ਦੀ ਹੀ ਆਉਂਦੀ ਹੈ ਗਾਈਸ। ਇਹਨੂੰ ਅੱਛੀ ਤਰ੍ਹਾਂ ਪ੍ਰੈਕਟਿਸ ਕਰ ਲਓ। ਉੱਥੇ ਸਪੈਸ਼ਲ ਲਿਖਿਆ ਹੋਇਆ ਵੈ ਸਾਈਕੋਲੋਜਿਸਟ ਐਕਸਪਰਟਸ, ਜਿਹੜੇ ਆਪਣੇ ਆਪ ਨੂੰ ਖੁਦ ਨੂੰ ਐਕਸਪਰਟਸ ਕਹਿਲਾਉਂਦੇ ਆ, ਲਿਖਿਆ ਨਾ ਸੈਲਫ ਅਪੁਆਇੰਟਡ, ਸੈਲਫ ਬਿਲੀਵ, ਆਤਮ ਵਿਸ਼ਵਾਸ, ਆਪਣੇ ਆਪ ਨੂੰ ਅਪੁਆਇੰਟ, ਆਪਣੇ ਆਪ ਨੂੰ ਅਪੁਆਇੰਟ ਕਰਦੇ ਹੋ ਐਕਸਪਰਟਸ। ਕਿਹੜੇ ਪੈਰਾਗ੍ਰਾਫ 'ਚ ਇਹਦਾ ਆਂਸਰ? ਦੈਮਸੈਲਫਸ ਨੂੰ ਉੱਥੇ ਕੀ ਲਿਖਿਆ ਸੀ? ਸੈਲਫ, ਸੈਲਫ ਅਪੁਆਇੰਟ, ਸਪੈਸ਼ਲਿਸਟ, ਐਕਸਪਰਟਸ। ਫਿਫਥ, ਹਿਊਮਨ ਬੀਇੰਗ ਦੀ ਕਪੈਸਿਟੀ ਫੋਰ ਕੋਪਿੰਗ ਵਿਦ ਚੇਂਜ, ਠੀਕ ਹੈ, ਕੋਪਿੰਗ ਮਤਲਬ ਫੇਸ ਕਰਨਾ, ਚੱਲਣਾ, ਠੀਕ ਹੈ, ਕਪੈਸਿਟੀ ਚੇਂਜ ਦੇ ਨਾਲ, ਡੂਇੰਗ ਥਿੰਗਸ, ਉਹ ਕੰਮ ਕਰਨਾ ਜਿਹੜੀ ਇੰਟਰਸਟਿੰਗ ਹੈ। ਅੱਛਾ, ਐਨ ਬੀ ਮਤਲਬ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵੰਸ, ਇੱਕ ਤੋਂ ਜ਼ਿਆਦਾ ਵਾਰੀ ਲੈਟਰ ਜ਼ਰੂਰ ਯੂਜ਼ ਹੋਣਾ ਮੈਂ, ਦੇਖੋ ਧਿਆਨ ਦੇ ਨਾਲ, ਏ ਤੋਂ ਲੈ ਕੇ ਐਫ ਤੱਕ ਏ ਵੀ ਹੋ ਗਿਆ, ਬੀ ਰਹਿੰਦਾ ਆਪਣਾ, ਸੀ ਵੀ ਹੋ ਗਿਆ, ਡੀ ਵੀ ਹੋ ਗਿਆ, ਈ ਰਹਿੰਦਾ ਅਤੇ ਐਫ ਵੀ ਹੋ ਗਿਆ। ਇੱਥੇ ਆਨਸਰ ਬੀ ਜਾਂ ਈ 'ਚ ਆ ਸਕਦਾ, ਇੱਥੇ ਕੋਈ ਵੀ ਆਨਸਰ ਹੋ ਸਕਦਾ, ਇੱਥੇ ਬੀ ਆਏਗਾ ਜਾਂ ਈ ਆਏਗਾ, ਠੀਕ ਹੈ, ਕੋਈ ਵੀ ਆਨਸਰ ਉੱਪਰੋਂ ਵੀ ਇੱਕ ਰਿਪੀਟ ਹੋ ਸਕਦਾ ਕਿ ਇੱਥੇ ਡੀ ਆ ਜੇ ਇੱਥੇ ਸੀ ਆ ਜੇ, ਠੀਕ ਹੈ, ਧਿਆਨ ਨਾਲ ਦੇਖਿਓ। ਹਿਊਮਨ ਬੀਨਸ ਕਪੈਸਿਟੀ ਕੋਪਿੰਗ ਵਿਦ ਚੇਂਜ, ਚੇਂਜ ਦੀ ਗੱਲ ਹੈ ਅਤੇ ਇੰਟਰਸਟਿੰਗ ਦੀ ਗੱਲ ਹੈ। ਲਾਸਟ ਲਾ ਦੇਖਿਓ, ਜਿੱਥੇ ਹਮੇਸ਼ਾ ਖੁਸ਼ੀ ਹੁੰਦੀ ਹੈ, ਔਫ ਰੀਚ ਵਨ ਟੋਏ ਵਨ ਸਟੈਪ, ਇਟ ਇਜ਼ ਪੋਸੀਬਲ ਟੂ ਗੈਟ ਔਫ ਦ ਟਰੇਡ ਮੀਲ ਇੰਟਾਇਰਲੀ ਬਾਈ ਫੋਕਸ ਔਨ ਐਕਟੀਵਿਟੀਜ਼, ਐਕਟੀਵਿਟੀਜ਼ ਉੱਤੇ ਫੋਕਸ ਕੀਤਾ ਜਾਂਦਾ, ਡਾਇਨਾਮਿਕ, ਸਰਪ੍ਰਾਈਜ਼ਿੰਗ, ਅਟੈਂਸ਼ਨ ਅਬਜ਼ੋਰਬਿੰਗ, ਅਟੈਂਸ਼ਨ ਅਬਜ਼ੋਰਬ ਕੀਤੀ ਜਾਂਦੀ ਹੈ, ਅੱਗੇ ਦੇਖਿਓ ਧਿਆਨ ਦੇ ਨਾਲ, ਲੈਸ ਲਾਈਕ ਟੂ ਬੋਰ, ਲੈਸ ਲਾਈਕ ਕਿ ਅਸੀਂ ਬੋਰ ਘੱਟ ਹੁੰਦੇ ਹਾਂ, ਲੈਸ ਲਾਈਕ ਟੂ ਬੋਰ, ਸਾਨੂੰ ਬੋਰ ਘੱਟ ਕਰਦੀ ਉਹ ਚੀਜ਼। ਅਤੇ ਇੱਥੇ ਕੀ ਲਿਖਿਆ ਵੈ? ਇੰਟਰਸਟਿੰਗ, ਸਾਨੂੰ ਇੰਟਰਸਟਿੰਗ ਕਰਦੀ ਆ। ਦੈਮਸੈਲਵਸ ਨੂੰ ਕੀ ਲਿਖਿਆ ਵੈ? ਅਸ ਇੰਟਰਸਟਿੰਗ, ਲੈਸ ਬੋਰ, ਤਾਂ ਫਿਰ ਆਂਸਰ ਕੀ ਆਏਗਾ? ਡੂਇੰਗ ਥਿੰਗਸ ਨੂੰ ਉੱਥੇ ਕੀ ਲਿਖਿਆ ਸੀ? ਟੋਏ। ਹੁਣ ਇੱਥੇ ਕੋਈ ਵੀ ਰਿਪੀਟ ਹੋ ਸਕਦਾ, ਹੁਣ ਇੱਥੇ ਈ ਨਹੀਂ ਆਉਣਾ, ਕੀ ਈ ਕਿਉਂ ਨਹੀਂ ਆਉਣਾ? ਫਿਰ ਤਾਂ ਉੱਥੇ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵੰਸ, ਫਿਰ ਤਾਂ ਰਿਪੀਟ ਹੀ ਨਹੀਂ ਹੋਇਆ।
ਇੱਥੇ ਸੀ ਡੀ ਐਫ ਏ ਵਿੱਚ ਵੀ ਕੋਈ ਨਾ ਕੋਈ ਚੇਂਜ ਹੋਏਗਾ, ਬੀ ਦੇ ਵਿੱਚੋਂ ਕੋਈ ਨਾ ਕੋਈ ਤੁਹਾਡਾ ਆਂਸਰ ਹੋਏਗਾ। ਧਿਆਨ ਨਾਲ ਦੇਖਿਓ, ਕੋਪ ਮਤਲਬ ਫੇਸ ਕਰਨਾ, ਸਫ਼ਰ ਕਰਨਾ, ਚੱਲਣਾ, ਹੈ ਨਾ, ਕਪੈਸਿਟੀ ਹਿਊਮਨ ਬੀਂਗਸ ਦੀ। ਆ ਲਿਖਿਆ ਹਿਊਮਨ ਬੀਂਗਸ, ਓਕੇ, ਉਹ ਕਹਿੰਦੇ ਚੱਲ ਲੈਂਦੇ ਆ, ਅਡੈਪਟ ਕਰ ਲੈਂਦੇ ਆ, ਵੇਰੀਏਬਲ ਪੀਰੀਅਡ ਆਫ ਐਡਜਸਟਮੈਂਟ, ਐਡਜਸਟ ਕਰ ਲੈਂਦੇ ਆ, ਚੱਲ ਲੈਂਦੇ ਆ, ਸਫ਼ਰ ਕਰ ਲੈਂਦੇ ਆ, ਕੋਪ ਕਰ ਲੈਂਦੇ ਆ। ਪ੍ਰੀਵੀਅਸ ਲੈਵਲ ਆਫ ਹੈਪੀਨੈਸ ਕੋਈ ਮੈਟਰ ਨਹੀਂ ਕਰਦਾ ਸਾਡੇ ਲਈ ਕੀ ਹੁੰਦਾ ਪਿਆ ਵੈ। ਸਮ ਸਾਇੰਟਿਫਿਕ ਪ੍ਰੂਵਨ ਐਕਸੈਪਸ਼ਨਸ ਨੋਟ ਏਬਲੀ ਸਫਰਿੰਗ ਅਨਐਕਸਪੈਕਟਡ ਲੋਸ, ਅਨਐਕਸਪੈਕਟਡ ਲੋਸ ਜਿਹੜਾ ਕਦੇ ਸੋਚਿਆ ਵੀ ਨਹੀਂ। ਜੋਬ ਦੇ ਵਿੱਚ ਸਪਾਊਸ, ਬੋਥ ਇਵੈਂਟਸ ਟੈਂਡ ਟੂ ਪਰਮਾਨੈਂਟਲੀ ਨੋਕ ਪੀਪਲ ਬੈਕ ਟੂ ਸਟੈਪ, ਅਵਰ ਅਡੈਪਟੇਬਿਲਟੀ ਵਰਕਸ ਇਨ ਟੂ ਡਾਇਰੈਕਸ਼ਨਸ। ਕੀ ਕਰਦੇ ਪਏ ਹੋ, ਕੋਪ, ਅਡੈਪਟੇਬਲ, ਅਡੈਪਟੇਬਲ, ਕੋਪ, ਚੱਲਦੇ ਪਏ ਆ, ਜੋ ਚੇਂਜ ਆ ਰਿਹਾ ਉਹਨਾਂ ਦੀ ਲਾਈਫ ਦੇ ਵਿੱਚ। ਅਨਐਕਸਪੈਕਟਡ ਜੋਬ ਦੇ ਵਿੱਚ ਚੇਂਜ ਆ ਸਕਦਾ, ਸਪਾਊਸ ਲੋਸ ਕਰਨ ਦਾ ਚੇਂਜ ਆ ਸਕਦਾ, ਕੋਈ ਵੀ ਚੇਂਜ ਆ ਸਕਦਾ। ਉਹਦੇ ਨਾਲ ਉਹ ਕੀ ਕਰਦੇ ਪਏ ਆ, ਅਡੈਪਟ, ਉਹਨੂੰ ਅਡੋਪਟ ਕਰਦੇ ਪਏ, ਚਲੋ ਜੋ ਹੋ ਗਿਆ ਠੀਕ ਹੈ, ਕੋਪ, ਫੇਸ, ਚੱਲਦੇ ਪਏ ਆ। ਇੱਥੇ ਵੀ ਤਾਂ ਉਹੀ ਲਿਖਿਆ ਵਾ, ਹਿਊਮਨ ਬੀਂਗਸ ਦੀ ਕਪੈਸਿਟੀ ਹੁੰਦੀ ਹੈ ਚੇਂਜ ਨੂੰ ਚੱਲਣ ਦੀ, ਕੋਪ ਕਰਨ ਦੀ। ਸਮਝ ਲੈ ਗਈ। ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਗਾਈਜ਼, ਵੈਰੀ 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 ਈਜ਼ੀ, ਧਿਆਨ ਨਾਲ ਸੋਲਵ ਕਰੋ ਤਾਂ ਤੁਹਾਡੇ, ਮੈਂ ਕਹਿੰਦੀ ਹਾਂ ਕਿ 30+ ਮਾਰਕਸ ਜਾਣਗੇ ਅਗਰ ਤੁਹਾਨੂੰ ਬਾਕੀ ਸਾਰੇ ਪਾਰਟਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ, ਹੁਣ ਇੱਕ ਰੀਡਿੰਗ ਫੜੋ ਕੋਈ ਵੀ, ਉਹਨਾਂ ਨੂੰ ਇੱਦਾਂ ਸੋਲਵ ਕਰਕੇ ਵੇਖੋ ਅਤੇ ਕਮੈਂਟ ਬੋਕਸ ਵਿੱਚ ਮੈਨੂੰ ਇਹ ਦੱਸੋ ਕਿ ਤੁਹਾਨੂੰ ਅੱਜ ਦਾ ਇਹ ਵਾਲਾ ਪਾਠ ਕਲੀਅਰ ਹੋਇਆ। ਕੱਲ੍ਹ ਤੁਸੀਂ ਰੀਡਿੰਗ 'ਤੇ ਕਿਸ ਟੋਪਿਕ 'ਤੇ ਵੀਡੀਓ ਚਾਹੁੰਦੇ ਹੋ, ਫਿਲਪਸ 'ਤੇ ਜਾਂ ਟਰੂ ਫੋਲਸ 'ਤੇ? ਇੱਕ ਫਿਲਪਸ ਇਸੇ ਰੀਡਿੰਗ ਦੀ ਨੈਕਸਟ ਸੈਕਿੰਡ ਪੈਸੇਜ ਫਿਲਪਸ ਡਿਸਕਸ ਹੋਣਗੀਆਂ। ਅਗਰ ਤੁਸੀਂ ਟਰੂ ਫੋਲਸ ਕਰਨੇ ਹੈ ਮੈਨੂੰ ਦੱਸ ਦਿਓ ਕਮੈਂਟ ਬੋਕਸ ਦੇ ਵਿੱਚ, ਮੈਂ ਉਹੀ ਪਾਠ ਕਰਵਾ ਦੂੰਗੀ। ਠੀਕ ਹੈ, ਜਿੱਦਾਂ ਜ਼ਿਆਦਾ ਸਟੂਡੈਂਟਸ ਹੋਣਗੇ, ਜ਼ਿਆਦਾ ਸਟੂਡੈਂਟਸ ਨੂੰ ਜਿਹੜੇ ਪਾਠ ਦੇ ਵਿੱਚ ਪ੍ਰੋਬਲਮ ਹੋਏਗੀ ਉਹ ਟਰੂ ਫੋਲਸ ਜਾਂ ਫਿਲਪਸ, ਉਹੀ ਪਾਠ ਮੈਂ ਤੁਹਾਨੂੰ ਕਰਵਾ ਦੂੰਗੀ। ਕੱਲ੍ਹ ਉਹਦੇ 'ਤੇ ਵੀਡੀਓ ਅਪਲੋਡ ਹੋ ਜਾਏਗੀ। ਮੇਰੀ ਯੂਟਿਊਬ ਚੈਨਲ ਆਈਲੈਟਸ ਵਿਦ ਸੋਫੀਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਬਹੁਤ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਈ ਹੈ ਵਾਲੀ ਮੈਂ, ਸੋ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਅਤੇ ਮੇਰੀ ਭੈਣ ਅਤੇ ਮੇਰਾ ਭਰਾ ਬਣ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਆਈਲੈਟਸ ਗਰੁੱਪ ਦੇ ਵਿੱਚ, ਚਾਹੇ ਉਹ ਫੇਸਬੁੱਕ 'ਤੇ ਹੈ, ਚਾਹੇ ਉਹ ਵਟਸਐਪ 'ਤੇ ਹੈ, ਤਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਘਰ ਬੈਠ ਕੇ ਪਤਾ ਲੱਗ ਸਕੇ ਕਿ ਉਹ ਰੀਡਿੰਗ ਕਿੱਦਾਂ ਸੋਲਵ ਕਰਦੇ ਪਏ ਆ। ਗਾਈਜ਼, ਲਾਸਟ ਗੱਲ, ਅਗਰ ਤੁਸੀਂ ਔਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਗਿਵਨ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਸਪੈਸ਼ਲ ਔਫਰ ਚੱਲਦਾ ਪਿਆ, ਸਪੈਸ਼ਲ ਡਿਸਕਾਊਂਟ ਚੱਲਦਾ ਪਿਆ 14 September 2024 ਤੱਕ। ਸੋ ਉਸ ਸਪੈਸ਼ਲ ਔਫਰ ਦਾ, ਸਪੈਸ਼ਲ ਡਿਸਕਾਊਂਟ ਦਾ ਤੁਸੀਂ ਫਾਇਦਾ ਜ਼ਰੂਰ ਉਠਾਓ, ਚਾਹੇ ਤੁਸੀਂ ਫੋਰਨ ਤੋਂ, ਚਾਹੇ ਤੁਸੀਂ ਇੰਡੀਆ ਤੋਂ। ਫੀਸ ਸਭ ਦੇ ਲਈ ਸੇਮ ਹੈ, ਚਾਹੇ ਤੁਸੀਂ ਜੀ ਟੀ ਹੋ ਜਾਂ ਅਕੈਡਮਿਕ, ਫੀਸ ਸਭ ਦੇ ਲਈ ਸੇਮ ਹੈ। ਉਸ ਸਪੈਸ਼ਲ ਔਫਰ ਦਾ ਜ਼ਰੂਰ ਫਾਇਦਾ ਉਠਾਓ। ਵਨ ਮੋਰ ਥਿੰਗ, ਲਿਸਨਿੰਗ ਦਾ ਮੋਡਿਊਲ ਮੈਂ ਪ੍ਰੋਵਾਈਡ ਨਹੀਂ ਕਰਦੀ, ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਕੋਲ ਕਰ ਸਕਦੇ ਹੋ। ਠੀਕ ਹੈ, ਗੋਡ ਬਲੈਸ ਯੂ, ਬਟ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਦਿਸ ਯੂਟਿਊਬ ਚੈਨਲ ਆਈਲੈਟਸ ਵਿਦ ਸੋਫੀਆ।